ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਨਸ਼ੇ ਦੇ ਟੀਕੇ ਕਾਰਨ ਹੋਈ ਨੌਜਵਾਨ ਦੀ ਮੌਤ। ਚੋਣ ਕਮਿਸ਼ਨ ਡੀਸੀ ਤਰਨ ਤਾਰਨ ਵੱਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇੱਕ ਘਰ ਵਿੱਚ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਭਰੀ ਜਵਾਨੀ ਵਿੱਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਵੀਰਮ ਦੇ ਮੁਹਤਬਰ ਜਸਵਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕੋਲ ਵਿਰਲਾਪ ਕਰ ਰਹੇ ਪਰਿਵਾਰਕ ਮੈਂਬਰਾਂ ਸਾਹਮਣੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਕਿ ਅੱਜ ਸਵੇਰੇ ਘਰੋਂ ਕਰੀਬ 8:30 ਵਜੇ ਕਿਸੇ ਕੰਮ ਗਿਆ ਸੀ, ਪਰ ਬਾਅਦ ਵਿੱਚ ਪਰਿਵਾਰ ਨੂੰ ਕਰੀਬ 10:30 ਵਜੇ ਕਿਸੇ ਨੇ ਦੱਸਿਆ ਕਿ ਤੁਹਾਡਾ ਮੁੰਡਾ ਪਿੰਡ ਪਹੁਵਿੰਡ ਦੇ ਸਰਪੰਚ ਰਾਜ ਸਿੰਘ ਦੀ ਬੰਬੀ 'ਤੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਰਿਆ ਪਿਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾ ਕੇ ਵੇਖਿਆ ਤਾਂ ਘਟਨਾ ਵਾਲੀ ਥਾਂ ਉੱਪਰ ਚਾਰੇ ਪਾਸੇ ਜੂਠੀਆਂ ਸਰਿੰਜਾਂ ਖਿਲਰੀਆਂ ਹੋਈਆਂ ਸਨ ਅਤੇ ਲਵਪ੍ਰੀਤ ਦੀ ਲਾਸ਼ ਵੀ ਉਸ ਜਗ੍ਹਾ 'ਤੇ ਪਈ ਹੋਈ ਸੀ। ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਲਾਸ਼ ਨੂੰ ਘਰ ਲਿਜਾਇਆ ਗਿਆ। ਉਕਤ ਮੁਹਤਬਾਰਾਂ ਨੇ ਸਰਕਾਰ ਉੱਪਰ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨਸ਼ੇ ਨੂੰ ਠੱਲ ਪਾਉਣ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਦੀ ਮਿਸਾਲ ਉਸ ਉਕਤ ਨੌਜਵਾਨ ਦੇ ਨਸ਼ੇ ਦੇ ਟੀਕੇ ਕਾਰਨ ਹੋਈ ਮੌਤ ਤੋਂ ਸਪਸ਼ਟ ਮਿਲਦੀ ਹੈ। ਉਹਨਾਂ ਚੋਣ ਕਮਿਸ਼ਨ ਅਤੇ ਡੀਸੀ ਤਰਨ ਤਾਰਨ ਪਾਸਿਓਂ ਪੁਰਜ਼ੋਰ ਮੰਗ ਕੀਤੀ ਕਿ ਨਸ਼ੇ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਉਠਾਏ ਜਾਣ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁੱਝ ਸਕੇ। ਉੱਧਰ ਦੂਜੇ ਪਾਸੇ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਡੀਸ਼ਨਲ SHO ਅਮਰਜੀਤ ਕੁਮਾਰ ਦਾ ਕਹਿਣਾ ਹੈ ਕਿ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਬਿਆਨ ਦਿੱਤਾ ਹੈ ਕਿ ਮੇਰਾ ਲੜਕਾ ਲਵਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ, ਪਰੰਤੂ ਹੁਣ ਉਸਨੇ ਨਸ਼ੇ ਦੀ ਲੱਤ ਨੂੰ ਛੱਡ ਦਿੱਤਾ ਸੀ ਜਿਸ ਕਾਰਨ ਉਹ ਕਮਜ਼ੋਰ ਹੋ ਗਿਆ ਸੀ। ਤਾਂ ਪਿੰਡ ਆਉਂਦਿਆਂ ਉਸਨੂੰ ਘਬਰਾਹਟ ਹੋਈ ਤਾਂ ਰਸਤੇ ਵਿੱਚ ਭੱਠੇ ਵਾਲਿਆਂ ਦੀ ਬੰਬੀ 'ਤੇ ਪਾਣੀ ਪੀਣ ਗਿਆ ਤਾਂ ਉਸਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਲਈ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੋਲਨ ਅਤੇ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ।
ਮੁੰਡੇ ਦੀ ਡੈਥ ਹੋਈ ਆ, ਕੀ ਨਾਮ ਹੈ ਇਹਦਾ, ਕਿੰਨੀ ਉਮਰ ਆ ਤੇ ਕੀ ਗੱਲ ਹੋਈ ਆ? ਤੇ ਕਾਲਾ ਜੀ ਇਹਦਾ ਨਾਂ ਤੇ ਲਵਪ੍ਰੀਤ ਸਿੰਘ ਆ, ਉਸ ਤਰ੍ਹਾਂ ਕਾਲਾ ਕਾਲਾ ਹੁੰਦੇ ਆ ਤੇ ਇਹਨੇ ਮਤਲਬ ਉਮਰ ਤੇ ਸਾਰੀ 20 ਸਾਲ ਹੀ ਬਣਦੀ ਆ ਇਹਦਾ, ਮਤਲਬ ਤਕਰੀਬਨ 96 ਦਾ ਜਨਮ ਆ, 22 ਸਾਲ ਉਮਰ ਬਣਦੀ ਆ ਜੀ। ਤੇ ਟੀਕਾ ਹੀ ਲਾਇਆ ਤੇ ਟੀਕਾ ਲਾ ਕੇ ਮੌਤ ਹੋ ਗਈ। ਕਿੰਨੇ ਕੁ ਟਾਈਮ ਦੀ ਗੱਲ ਹੈ ਜਦੋਂ ਮਤਲਬ ਕਿ ਇਹਨਾਂ ਦੀ ਡੈਥ? ਸਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਹੁਣ ਕੀ ਟਾਈਮ, ਮਤਲਬ 9-10 ਦੀ ਲਾ ਲਓ, 9-10 ਲਾ ਲਓ, ਇੱਥੇ 8 ਤੇ ਮਤਲਬ ਮੰਗ ਕਰਦੇ ਹਾਂ ਵੀ ਜਿਹੜੀ ਸਰਕਾਰ ਆਉਂਦੀ ਆ ਵੀ ਨਸ਼ਾ ਬੰਦ ਹੋ ਗਿਆ, ਸਾਨੂੰ ਦੱਸੇ ਕਿੱਥੇ ਬੰਦ ਹੋਇਆ। ਇਹ 5 ਮਿੰਟ ਮੈਂ ਮੇਰੇ ਵੇਂਦਿਆਂ ਪੁਲੀਆਂ ਨੂੰ ਗਏ ਆ ਤੇ ਉੱਥੋਂ ਲੈ ਕੇ ਤੇ 10 ਮਿੰਟਾਂ 'ਚ ਇਹ ਆ ਗਏ ਆ ਪੁਲੀਆਂ ਨੂੰ, ਇਹ ਮੇਰੇ ਲਾਗੋਂ ਲੰਘੇ ਸੜਕ ਤੋਂ, ਵੱਧ ਤੋਂ ਵੱਧ 5 ਮਿੰਟ ਨਹੀਂ ਲੱਗੇ, 5 ਮਿੰਟਾਂ ਬਾਅਦ ਇਹ ਆ ਗਏ ਆ ਤੇ ਅਸੀਂ ਖਤਮ ਕਰਤਾ। ਖਤਮ ਕਿੱਥੇ ਕਰਤਾ ਇਹਨਾਂ ਨੇ? ਇਹ ਕੱਲ੍ਹ ਜੇ ਪਰਸੋਂ 4 ਦਿਨ ਨਹੀਂ ਹੋਏ ਡੱਲ ਮੁੰਡਾ ਮਰਿਆ, ਅੱਜ ਇਹਦੀ ਡੈਥ ਹੋ ਗਈ ਆ, ਕਿਹੜੀ ਸਰਕਾਰ ਆਉਂਦੀ? ਖਤਮ ਹੋ ਗਿਆ ਕੁਇੰਟਲਾਂ ਨਾਲ, ਇਹ ਤਾਂ ਕਿਲੋਆਂ ਨਾਲ ਦੱਸਦੇ, ਮੈਂ ਨਾ ਕੁਇੰਟਲਾਂ ਨਾਲ ਵੀ ਗੰਦਿਆ, ਜਿੰਨਾ ਮਰਜ਼ੀ ਲੈ ਲਓ। ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ, ਕੁਛ ਨਾ ਕੁਛ ਸੋਚਣ ਵੀ ਘਰ ਘਰ ਮੁੰਡੇ ਮੰਨਦੇ, ਅੱਜ ਮੇਰਾ, ਅੱਜ ਇਹਨਾਂ ਦਾ ਬੱਚਾ ਮਰਿਆ, ਭਲ ਕੇ ਸਾਡੇ ਬੱਚੇ ਦੀ ਵਾਰੀ ਆ। ਜਿਹੜਾ ਕੋਈ ਆਉਂਦਾ ਨਾ ਵੀ ਮੈਂ ਚੁੱਪ ਕੀਤਾ ਰਹਿਣਾ, ਜਿੰਨਾ ਮਰਜ਼ੀ ਚੁੱਪ ਕਰ ਜਾਓ, ਤੁਹਾਨੂੰ ਖੀਰ ਕੂਣਾ ਪੈਣਾ ਜਦੋਂ ਤੁਹਾਡੇ ਘਰ ਅੱਗ ਲੱਗੀ ਉਦੋਂ ਕੂਵਾਂਗੇ ਕਿ ਨਾ? ਜਦੋਂ ਸਾਡੇ ਘਰ ਲੱਗੀ ਅਸੀਂ ਕੂਵਾਂਗੇ, ਅਸੀਂ ਆਉਂਦੇ ਵੀ ਅਸੀਂ ਉਦੋਂ ਕੂਣਾ ਜਦੋਂ ਸਾਡੇ ਘਰ ਅੱਗ ਲੱਗੀ, ਬੇਗਾਨੇ ਘਰ ਲੱਗੀ ਉਹਨਾਂ ਚਿਰ ਅਸੀਂ ਨਹੀਂ ਕੂਣਾ। ਸਰਕਾਰ ਨੂੰ ਚਾਹੀਦਾ ਕੁਛ ਨਾ ਕੁਛ ਕਰੇ, ਅਸੀਂ ਕਹਿੰਦੇ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਅੱਗੇ ਵੀ ਕੁਛ ਨਾ ਕੁਛ ਕਰੋ ਸਭ ਤੋਂ, ਜੇ ਉਤਰੇ ਮਾਰਨਾ ਫਿਰ ਸਾਰਿਆਂ ਨੂੰ ਮਾਰ ਦਿਓ, ਇੱਕ ਵੱਡੇ ਇੱਕ ਬੰਦੇ ਲਾਈ ਜਾਓ ਤੇ ਸਾਰਿਆਂ ਨੂੰ ਮਾਰ ਦਿਓ, ਤੇ ਕੁਛ ਨਾ ਕੁਛ ਇਹਦੇ ਬਾਰੇ ਸੋਚਣਾ ਪਊਗਾ। ਜੇ ਨਹੀਂ ਸੋਚਣਾ ਤਾਂ ਫਿਰ ਰੋਜ਼ ਜੇ ਦਿਹਾੜੀ ਇਲੈਕਸ਼ਨਾਂ ਦੇ ਵਿੱਚ ਇੰਨੇ ਇੰਨੇ ਵੱਡੇ ਵਾਅਦੇ ਕਰਦੇ ਆ ਵੀ ਅਸੀਂ ਨਸ਼ਾ ਖਤਮ ਕਰਤਾ, ਨਸ਼ਾ ਖਤਮ ਕਰਤਾ, ਕੀਤਾ ਕਿੱਥੇ ਆ? ਜਿੰਨੇ ਮਰਜ਼ੀ ਸਟੋਰਾਂ ਤੋਂ ਗੋਲੀਆਂ ਮਿਲਦੀਆਂ, ਕਿੱਥੋਂ ਨਹੀਂ ਮਿਲਦੀ? ਤੇ ਆਹ ਦੂਜਾ ਮਰਾ ਤੁਸੀਂ ਲੈ ਲਓ, ਜਿੰਨੀ ਮਰਜ਼ੀ ਸਮੈਕ ਲੈ ਲਓ, ਕਿਲੋਆਂ ਨਾਲ ਸਮੈਕ ਕੱਲੀ ਆ, ਇਹ ਆਉਂਦੇ ਪਾਈਆਂ ਨਾਲ ਵੇਖਦੀ ਆ, ਕੋਈ ਆਉਂਦਾ ਕਿੰਨੇ ਵੇਖਦੀ ਆ, ਮੈਂ ਨਾ ਕਿਲੋਆਂ ਨਾਲ ਵੇਖਦੀ ਆ, ਕੁਇੰਟਲਾਂ ਨਾਲ ਵੇਖਦੀ ਆ। ਜਿਹੜੇ ਭਾਜੀ ਆਉਂਦੇ ਵੀ ਅਸੀਂ ਨਸ਼ੇ ਛਡਾਊ ਕੇਂਦਰ ਇੰਨੇ ਖੋਲਤੇ ਆ, ਸਾਨੂੰ ਇੱਕ 2-4 ਬੰਦੇ ਸਾਡੇ ਪਿੰਡ 'ਚ ਵਿਖਾ ਦੇਣ ਵੀ ਜਿਹਨਾਂ ਨੂੰ ਇਹਨਾਂ ਨੇ ਨਸ਼ਾ ਅੱਜ ਤੱਕ ਛਡਾਇਆ ਹੋਵੇ। ਜਿਹੜਾ ਇਹ ਤਾਂ ਮੈਂ ਨਾ ਨਸ਼ੇ ਲਾਉਂਦੇ ਆ, ਛਡਾਉਂਦੇ ਨਹੀਂ ਜੀ, ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਆਉਂਦਾ ਵੀ ਜਿੰਨੀਆਂ ਮਰਜ਼ੀਆਂ ਗੋਲੀਆਂ ਉੱਥੋਂ ਲਿਆਓ, ਉਹ ਗੋਲੀਆਂ ਘੋਲ ਘੋਲ ਦੇ ਟੀਕੇ ਲਾਈ ਜਾਂਦੇ ਆ। ਜਿਹੜੇ ਜਿੰਨੇ ਵੀ ਆਉਂਦੇ ਨਸ਼ੇ ਹੀ ਛਡਾਉਂਦੇ ਆ, ਮੈਂ ਇਹ ਵਾਅਦੇ ਨਾ ਵੀ ਜੇ ਕੋਈ ਬੰਦਾ ਇੱਕ ਬਾਂਹ ਖੜੀ ਕਰਕੇ ਦੱਸਦੇ ਵੀ ਮੈਂ ਇੱਕ ਬੰਦੇ ਨੂੰ ਨਸ਼ਾ ਛੱਡਿਆ ਹੋਵੇ, ਇਹ ਕੋਈ ਬੰਦਾ ਨਸ਼ਾ ਨਹੀਂ ਛੱਡਦਾ, ਇਹ ਸਗੋਂ ਲਾਉਂਦੇ ਆ ਉੱਥੇ ਹਸਪਤਾਲਾਂ ਦੇ ਵਿੱਚ ਲਿਜਾਲ ਜਾ ਕੇ। ਅੱਜ ਤੱਕ ਪਿੱਛੋਂ ਪੈਸਾ ਆਉਂਦਾ ਇਹਨਾਂ ਨੂੰ, ਉਹ ਪੈਸਾ ਹਜਮ ਕਰਦੇ ਆ ਸਿਰਫ ਇੱਕ ਸਿਰਫ ਜਿਹੜੇ ਹਸਪਤਾਲ ਦੇ ਨਾਂ 'ਤੇ, ਇੱਕ ਵੀ ਜਿਹੜਾ ਹਸਪਤਾਲ ਦੇ ਨਾਂ 'ਤੇ ਮੈਨੂੰ ਦੱਸੇ ਵੀ ਕਿਹੜਾ ਕਿਹੜਾ ਬੰਦਾ ਜਿਹੜਾ ਨਸ਼ਾ ਅੱਜ ਤੱਕ ਛੱਡਿਆ ਹੋਵੇ, ਸਾਹੀਂ ਤਾਂ ਅੱਜ ਤੱਕ ਵੇਖਿਆ ਕੋਈ ਨਹੀਂ, ਜਿਹਨੇ ਅੱਜ ਤੱਕ ਨਸ਼ਾ ਛੱਡਿਆ ਹੋਵੇ। ਇਹ ਸਿਰਫ ਇੱਕ ਵਿਖਾਵਾ ਰਹਿ ਗਿਆ ਵੀ ਇਹ ਹਸਪਤਾਲ ਖੋਲ੍ਹਦੇ ਆ, ਉਹ ਕਰੋੜਾਂ ਰੁਪਈਆ ਜਿਹੜਾ ਸਾਡਾ ਜਿਹੜਾ ਟੈਕਸ ਆ ਉਹਦੇ ਉੱਤੋਂ ਇਹਨਾਂ ਨੇ ਦੂਜਾ ਮਰਾ ਹਸਪਤਾਲ ਬਣਾ ਲਿਆ ਅਤੇ ਆਪਦੀਆਂ ਰੋਟੀਆਂ ਸੇਕਦੇ ਆ, ਅਤੇ ਵਿੱਚੋਂ ਉਹ ਆਪਦੇ ਘਰਾਂ ਨੂੰ ਇਹਨਾਂ ਜ਼ਰੂਰ ਜਾਂਦੀ ਆ, ਉਹ ਗੋਲੀ ਜਿਹੜੀ ਇੱਕ ਪਤਾ ਨਹੀਂ ਕਿਹੜੀ ਮਿਹਨਤ, ਪਤਾ ਨਹੀਂ, ਮੈਂ ਤਾਂ ਦਰਸ਼ਨ ਹੀ ਕੀਤੇ ਵੀ ਉਹ ਜਿਹੜੀ ਗੋਲੀ ਆ ਉਹ ਉਹ ਹੀ ਬਲੈਕ ਦੇ ਵਿੱਚ ਵਿਕੀ ਜਾਂਦੀ ਆ। ਠੀਕ ਹੈ, ਹਾਂਜੀ ਬਾਪੂ ਜੀ, ਕੀ ਗੱਲ ਹੋਈ ਆ? ਹਾਂਜੀ, ਕੀ ਗੱਲ ਆ ਕੇ ਪੂਰਾ ਹੋਇਆ ਜੀ, ਜੀ ਇੱਥੋਂ ਤਾਂ 8 ਵਜੇ ਕੰਮ ਦੇ ਗਿਆ। ਅੱਛਾ ਜੀ, ਵੇਖਿਆ ਤਾਂ ਜਾਂਦੇ ਨੇ, ਪੂਰਾ ਹੋ ਗਿਆ। ਕੀ ਨਾਂ ਹੈ ਇਹਦਾ ਜੀ? ਉਹਦਾ ਲਵਪ੍ਰੀਤ। ਤੇ ਕਿੰਨੀ ਉਮਰ ਹੈ ਜੀ? ਉਮਰ ਹੈ 12-13 ਸਾਲ। ਵਿਆਹ ਹੈ ਕਿ ਜਾਂ ਕੁਆਰਾ ਹੀ ਹੈ? ਹਾਂਜੀ ਵੀਰ ਜੀ, ਇਹ ਜਿਹੜੀ ਮੌਤ ਹੋਈ ਆ, ਕੀ ਵਜ੍ਹਾ ਹੈ ਤੇ ਦੱਸੋ? ਵਜ੍ਹਾ ਤਾਂ ਵੀਰ ਜੀ ਦੱਸਣ ਵਾਲੀ ਰਹਿ ਨਹੀਂ ਗਈ, ਸਾਰਿਆਂ ਲੋਕਾਂ ਨੂੰ ਪਤਾ ਕਿ ਇਹ ਗੱਲ ਦੇ ਵੱਸ ਦੇ ਵਿੱਚ ਹੈਗੀ ਨਹੀਂ। ਜਿੰਨੀਆਂ ਵੀ ਗੱਲਾਂ ਹੋਣਡੀਆਂ, ਸਰਕਾਰਾਂ ਕਹਿੰਦੀਆਂ ਵੀ ਇਹ ਨਸ਼ਾ ਖਤਮ ਕਰਤਾ, ਮੈਨੂੰ ਵੀ ਨਸ਼ਾ ਤਾਂ ਖਤਮ ਨਹੀਂ ਹੋਇਆ, ਸਾਡੇ ਨੌਜਵਾਨ ਜਿੰਨੇ ਵੀਰ ਆ ਬੇਮਿਸਾਲ ਉਹ ਖਤਮ ਹੋ ਰਿਹਾ। ਇਹ ਇੱਥੇ ਸੜਕ ਦੇ ਉੱਤੇ ਬੈਠਾ ਇਹ ਮੁੰਡਾ ਮੋਟਰਸਾਈਕਲ 'ਤੇ, ਦੱਸਦੇ ਆਉਣ ਡਿਆ, ਆਉਂਦੇ ਆਉਂਦੇ ਨੂੰ ਜੀ ਕੀਤਾ ਕਿਤੇ ਟੀਕਾ ਲਾ ਲਿਆ ਉੱਥੇ ਮੋਟਰਸਾਈਕਲ ਤੋਂ, ਉਹ ਤੋਂ ਨਾਲ ਟੀਕਾ ਲਾਉਂਦਿਆਂ ਸਾਰੇ ਮੋਟਰਸਾਈਕਲ ਤੋਂ ਡਿੱਗ ਪਿਆ, ਸੂਈ ਨਹੀਂ ਪੁੱਟੀ ਗਈ।
ਇਹ ਬਹੁਤ ਜਾਲੀ ਸਰਕਾਰ ਨੇ ਆਖਿਆ ਵੀ ਅਸੀਂ ਨਸ਼ਾ ਖਤਮ ਕੀਤਾ, ਨਸ਼ਾ ਤੇ 1% ਵੀ ਖਤਮ ਨਹੀਂ ਹੋਇਆ। ਮੈਨੂੰ ਉਮੀਦ ਆ ਵੀ ਇਹ 100 ਤੋਂ 110% ਤੱਕ ਵੱਧ ਚੁੱਕਾ ਵਾ, ਇੰਨਾ ਨਸ਼ਾ ਹੋ ਚੁੱਕਾ। 15-15 ਮਿੰਟਾਂ ਪਿੱਛੋਂ ਮੁੰਡੇ ਨਸ਼ੇ ਵਾਲੇ ਟੀਕੇ ਲਾਉਣ ਦੇ, ਸਮਾਈਕਾਂ ਲਿਆਉਣ ਦੇ, ਪਤਾ ਨਹੀਂ ਕਿੱਥੋਂ ਲਈ ਉਹਦੇ ਕੀ ਕਰਦੀਆਂ। ਕਿਸੇ ਸਰਕਾਰ ਤੋਂ ਅੱਜ ਤੱਕ ਕੋਈ ਨਹੀਂ ਬੰਦ ਹੋਇਆ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੀ ਮੰਗ? ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਅਧਿਕਾਰੀ ਤੇ ਆਪ ਰਲੇ ਹੋਏ ਆ, ਜਿੱਥੇ ਵੀ ਕਿਤੇ ਵੇਖੋ ਪ੍ਰਸ਼ਾਸਨਿਕ ਅਧਿਕਾਰੀ ਆਪ ਰਲੇ ਆ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਕੰਮ ਨਹੀਂ ਜ਼ੋਰ ਨਾਲ ਕਰਨ ਡਿਆ, ਹਰ ਥਾਂ ਤੇ ਇਹੋ ਕੁਝ ਹੋ ਰਿਹਾ। ਜਿੰਨਾ ਵੀ ਹੈ ਤੁਹਾਨੂੰ ਕੀ ਲੱਗਦਾ ਕਿ ਕੀ ਗੱਲ ਹੋਈ ਹੈ ਮੁੰਡੇ ਨੂੰ? ਪਹਿਲਾਂ ਕੋਈ ਨਸ਼ਾ ਕਰਦਾ ਸੀ? ਆਸਮਾਨ ਕੋਲ ਆਵਾਜ਼ ਹੋਵੇ।
ਸਰ ਜਿਹੜਾ ਅੱਜ ਪਿੰਡ ਵੀਰਮ ਦੇ ਵਿੱਚ ਇੱਕ ਲੜਕੇ ਦੀ ਮੌਤ ਹੋਈ ਆ, ਲੜਕੇ ਦੇ ਜਿਹੜੇ ਘਰ ਵਾਲੇ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਉਹ ਲੜਕਾ ਸਾਡਾ ਟੀਕਾ ਲਾ ਕੇ ਮਰਿਆ, ਜਿਹੜਾ ਸਾਨੂੰ ਬਿਆਨ ਦਿੱਤਾ ਗਿਆ, ਉੱਥੋਂ ਉਹਦੀ ਤਾਂ ਸਰ ਕਿੱਥੋਂ ਕੁ ਤੱਕ ਜਿਹੜੀ ਆ ਉਹ ਸੱਚਾਈ ਆ? ਇਹ ਸਰਦਾਰ ਗੁਰਦੀਪ ਸਿੰਘ ਦਾ ਲੜਕਾ ਸੀਗਾ, ਉਹਨੇ ਸਾਨੂੰ ਦੱਸਿਆ ਬਿਆਨ ਕਰਾਉਂਦਾ ਸੀਗਾ, ਪਹਿਲਾਂ ਉਹ ਬਿਆਨ ਨਹੀਂ ਕਰਵਾਇਆ, ਉਹਨੇ ਕਹਿੰਦਾ ਬਿਆਨ ਨਹੀਂ ਕੋਈ ਕਰਾਉਣਾ, ਕਹਿੰਦਾ ਵੀ ਮੇਰਾ ਲੜਕਾ ਜਿਹੜਾ ਪਹਿਲਾਂ ਨਸ਼ਾ ਕਰਦਾ ਸੀਗਾ ਅਤੇ ਹੁਣ ਉਹ ਛੱਡ ਬੈਠਾ ਸੀਗਾ ਅਤੇ ਨਸ਼ਾ ਕੋਈ ਨਹੀਂ ਕਰਦਾ ਹੁਣ, ਅਤੇ ਹੁਣ ਉਹਦੀ ਦਵਾਈ ਵੀ ਚੱਲਦੀ ਸੀ ਅਤੇ ਉਹ ਘਬਰਾਹਟ ਹੋ ਗਈ, ਜਿਸਮਾਨੀ ਤੌਰ 'ਤੇ ਕਾਫੀ ਕਮਜ਼ੋਰ ਹੋ ਗਿਆ ਸੀ। ਅੱਛਾ ਜੀ। ਉਹਦਾ ਕੰਮ ਕਾਰ 'ਤੇ ਜਾਂਦਾ ਸੀਗਾ, ਕੰਮ ਕਾਰ 'ਤੇ ਜਾ ਰਿਹਾ ਸੀ, ਜਾਂਦੇ ਜਾਂਦੇ ਉਹ ਰਸਤੇ ਵਿੱਚ ਉਹਨੂੰ ਘਬਰਾਹਟ ਹੋਈ ਹੈ ਅਤੇ ਉਹ ਪਾਣੀ ਪੀਣ ਵਾਸਤੇ ਕਿ ਉਹ ਬੰਬੀ ਹੈ ਲਾਗੇ ਕੋਈ ਇਹਦੇ ਆਪਣੇ ਕੀ ਦੂਜੀ ਭੱਠੇ ਵਾਲਿਆਂ ਦੀ, ਉੱਥੇ ਗਿਆ ਆ ਅਤੇ ਉਹਦੇ ਕੋਲ ਮੋਟਰਸਾਈਕਲ ਦੇ ਉੱਤੋਂ ਹੀ ਨਹੀਂ ਉਤਰਿਆ ਗਿਆ ਅਤੇ ਘਬਰਾਹਟ ਹੋਈ, ਉੱਤੋਂ ਉੱਤਰਦੇ ਉੱਤਰਦੇ ਉਹਦਾ ਬਸ ਹਾਰਟ ਅਟੈਕ ਹੋਣ ਕਰਕੇ ਉਹਦੀ ਮੌਤ ਹੋ ਗਈ ਆ। ਉਹ ਕਹਿੰਦੇ ਸੀ ਕੋਈ ਕਾਰਵਾਈ ਨਹੀਂ ਕਰਵਾਉਣੀ ਅਤੇ ਨਾ ਹੀ ਕੋਈ ਸਟੇਟਮੈਂਟ ਕਰਵਾਉਣੀ ਆਪਾਂ, ਅਤੇ ਉਹਨਾਂ ਨੇ ਆਪਣੀ ਕੀ ਉਹ ਡੈੱਡ ਬੋਡੀ ਜਿਹੜੀ ਯਾਦ ਉਹ ਸਸਕਾਰ ਕਰਤਾ। ਅਤੇ ਸਰ ਉਹ ਲੜਕੇ ਦਾ ਨਾਮ ਕੀ ਅਤੇ ਕਿੰਨੀ ਕੁ ਉਮਰ? ਲਵਪ੍ਰੀਤ ਸਿੰਘ ਨਾਂ ਉਹਦਾ ਅਤੇ ਉਮਰ ਉਹਦੀ ਹੈਗੀ ਆ 20 ਸਾਲ ਉਮਰ ਉਹਦੀ। ਠੀਕ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।